ਅਸਲਾਮ ਵਾਲੇਕੁਮ, ਮੈਂ ਅੱਜ ਇੱਕ ਬੜੀ ਸੋਹਣੀ ਥਾਂ 'ਤੇ ਖਲਾਂ, ਇੱਕ ਅਜਿਹੀ ਥਾਂ ਕਿ ਜਿਸ ਨੂੰ ਮੈਂ ਜੰਮੇ ਹੋਇਆ ਵੇਖਣਾ ਚਾਹ ਰਿਹਾ। ਮੈਂ ਝੀਲ ਸੈਫੁਲ ਮਲੂਕ 'ਤੇ ਖਲਾਂ ਅਤੇ ਮੇਰੀ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰੀ ਝੀਲ ਸੈਫੁਲ ਮਲੂਕ ਨੂੰ ਜੰਮੇ ਹੋਇਆ ਵੇਖਿਆ। ਮੈਂ ਹਮੇਸ਼ਾ ਜਦੋਂ ਵੀ ਨਰਾਨ ਆ ਸਕਿਆ, ਜਦੋਂ ਵੀ ਵੇਖਣ ਆ ਸਕਿਆ, ਉਦੋਂ ਹਮੇਸ਼ਾ ਪਾਣੀ ਹੀ ਵੇਖਿਆ। ਪਰ ਅੱਜ ਮੈਂ ਝੀਲ ਜੰਮੀ ਹੋਈ ਵੇਖੀ ਹੈ ਅਤੇ ਇੰਤਹਾਈ ਖੂਬਸੂਰਤ ਨਜ਼ਾਰੇ ਨੇ। ਮੈਂ ਇੱਥੇ ਇਤਨਾ ਲੋਕਾਂ ਦਾ ਰਸ਼ ਵੇਖ ਕੇ ਅਤੇ ਇਹ ਸੋਚ ਰਿਹਾ ਕਿੰਨੇ ਲੋਕ ਜਿਹੜੇ ਨੇ ਉਹ ਇਸ ਖੂਬਸੂਰਤੀ ਨੂੰ ਵੇਖਣ ਆਏ ਹੋਏ ਨੇ। ਯਾਨੀ ਟੂਰਿਜ਼ਮ ਪਾਕਿਸਤਾਨ ਵਿੱਚ ਬੜਾ ਅਰੂਜ ਜਾ ਸਕਦਾ, ਅਗਰ ਸਾਡੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਟੂਰਿਜ਼ਮ 'ਤੇ ਕੰਮ ਕੀਤਾ ਜਾਵੇ ਅਤੇ ਲੋਕ ਦੂਰ ਦੂਰ ਤੋਂ ਆ ਕੇ ਉਹ ਖੂਬਸੂਰਤ ਇਲਾਕੇ ਜਿਹੜੇ ਨੇ ਉਹ ਵੇਖਣਗੇ। ਆਓ ਅੱਜ ਤੁਹਾਨੂੰ ਝੀਲ ਸੈਫੁਲ ਮਲੂਕ ਵੀ ਖਾਂਦੇ ਹਾਂ। ਔਖੇ ਰਾਹਾਂ 'ਤੇ ਟੁਰਿਆਂ ਹਮੇਸ਼ ਸੋਹਣੀਆਂ ਮੰਜ਼ਿਲਾਂ ਲੱਭਦੀਆਂ ਨੇ। ਜਦੋਂ ਵੀ ਇਨਸਾਨ ਕਿਸੇ ਔਖੇ ਰਾਹ 'ਤੇ ਟੁਰਦਾ, ਉਹਦੇ ਅੰਦਰ ਇੱਕ ਆਸ ਜਾਗਦੀ ਹੈ ਕਿ ਆਉਣ ਵਾਲੀ ਮੰਜ਼ਿਲ ਬੜੀ ਸੋਹਣੀ ਹੋਣੀ ਹੈ। ਅਤੇ ਜਦੋਂ ਕੁਦਰਤ ਦੇ ਖੂਬਸੂਰਤ ਮੰਜ਼ਰ ਵੇਖਣ ਵਾਲਾ ਇਨਸਾਨ ਇਸ ਝੀਲ ਦੇ ਔਖੇ ਰਾਹ 'ਤੇ ਪੈਂਦਾ, ਅਤੇ ਉਹਦੇ ਅੰਦਰ ਵੀ ਉਹੀ ਆਸ ਜਾਗਦੀ ਹੈ ਕਿ ਇਸ ਔਖੇ ਰਾਹ ਤੋਂ ਬਾਅਦ ਇੰਤਹਾਈ ਖੂਬਸੂਰਤ ਨਜ਼ਾਰਾ ਜਿਹੜਾ ਉਹ ਮੈਨੂੰ ਉਡੀਕ ਰਿਹਾ। ਜਦੋਂ ਇਹ ਔਖਾ ਰਾਹ ਮੁੱਕਣਾ, ਇੰਤਹਾਈ ਖੂਬਸੂਰਤ ਮੰਜ਼ਿਲ ਜਿਹੜੀ ਹੈ ਉਹ ਮੇਰੇ ਸਾਹਮਣੇ ਆਉਣੀ ਹੈ। ਅਤੇ ਇਸੇ ਤਰ੍ਹਾਂ ਹੀ ਹੁੰਦਾ, ਇਸ ਇੰਤਹਾਈ ਔਖੇ ਰਾਹ ਤੋਂ ਬਾਅਦ ਝੀਲ ਸੈਫੁਲ ਮਲੂਕ 'ਤੇ ਪਵਣ ਵਾਲੀ ਪਹਿਲੀ ਨਜ਼ਰ ਇਸ ਸਾਰੇ ਰਾਹ ਦੀ ਥਕਾਵਟ ਜਿਹੜੀ ਹੈ ਉਹ ਲਾ ਦਿੰਦੀ। ਇਸ ਝੀਲ ਦੇ ਬਾਰੇ ਕਈ ਲੋਕ ਦਾਸਤਾਨਾਂ ਨੇ। ਕੁਝ ਲੋਕ ਕਹਿੰਦੇ ਨੇ ਕਿ ਇੱਥੇ ਪਰੀਆਂ ਆਉਂਦੀਆਂ ਨੇ। ਮੈਂ ਉਹਨਾਂ ਲੋਕ ਦਾਸਤਾਨਾਂ ਬਾਰੇ ਕੁਝ ਨਹੀਂ ਕਹਿ ਸਕਦਾ, ਪਰ ਇਸ ਦੀ ਖੂਬਸੂਰਤੀ ਨੂੰ ਵੇਖਦੇ ਹੋਇਆਂ, ਬਰਫ਼ ਨਾਲ ਢੱਕੇ ਹੋਏ ਪਹਾੜ ਅਤੇ ਜੰਮੀ ਹੋਈ ਝੀਲ ਨੂੰ ਵੇਖਦੇ ਹੋਇਆਂ, ਮੈਂ ਇਹ ਜ਼ਰੂਰ ਕਹਿ ਸਕਦਾ ਕਿ ਚੰਦ ਦੀ 14ਵੀਂ ਰਾਤ ਦਾ ਜਿਹੜਾ ਨਜ਼ਾਰਾ ਹੈ ਉਹ ਇੱਥੇ ਬਹਿ ਕੇ ਵੇਖਣ ਵਾਲਾ ਇਨਸਾਨ ਇਸ ਦੇ ਬਾਰੇ ਕੋਈ ਵੀ ਕਹਾਣੀ ਸੁਣਾ ਸਕਦਾ। ਸਹਰ ਹੂੰ ਬੁਝਾ ਚਾਹਤਾ ਹੂੰ ਮੇਰੀ ਸਾਦਗੀ ਦੇਖ ਕਿਆ ਚਾਹਤਾ ਹੂੰ ਤੇਰੇ ਇਸ਼ਕ ਕੀ ਸਜ਼ਾ ਚਾਹਤਾ ਹੂੰ ਮੇਰੀ ਸਾਦਗੀ ਦੇਖ ਕਿਆ ਚਾਹਤਾ ਹੂੰ ਤੇਰੇ ਇਸ਼ਕ ਕੀ।